ਅੱਜ ਆਏ ਸੀ ਬਾਬਾ ਜੀਤਾ ਸਟੱਡ ਫਾਰਮ ਰਸੂਲਪੁਰ। ਆ ਜੋ ਕਰਦੇ ਆਂ ਵੀਰ ਨਾਲ ਗੱਲਬਾਤ, ਕਿਹੜੀਆਂ ਕਿਹੜੀਆਂ ਘੋੜੀਆਂ ਨੇ, ਕਿਹੜੀਆਂ ਕਿਹੜੀਆਂ ਬਰੀਟਾਂ ਨੇ, ਕਰਦੇ ਆਂ ਗੱਲਬਾਤ। ਆ ਜੀ ਕੀ ਹਾਲ ਆ ਵੀਰੇ? ਬਹੁਤ ਠੀਕ ਠਾਕ ਹੋ? ਵਧੀਆ ਜੀ, ਵਧੀਆ ਵਧੀਆ। ਠੀਕ ਹੈ ਜੀ। ਆਪਣੇ ਇਹ ਘੋੜਾ ਕਿਹੜੀ ਬਰੀਡ ਦਾ ਵੀਰ ਜੀ? ਆ ਮਾਰਵਾੜੀ ਹੈ ਜੀ। ਠੀਕ ਹੈ ਜੀ। ਆਪਣੇ ਪੰਜਾਬ 'ਚ ਆਲੀ ਥਾਂ ਲੈਣ ਦਾ ਦੇਵਰਾਜ ਘੋੜਾ ਹੋਇਆ ਰਣੀਏ ਤੋਂ ਜੀ, ਤਲਵਾਕ ਦਾ ਬੱਚਾ। ਠੀਕ ਹੈ ਜੀ। ਦੇਵਰਾਜ ਦਾ ਡਾਇਰੈਕਟ ਬੱਚਾ ਜੀ। ਠੀਕ ਹੈ ਜੀ। ਤੇ ਚੈਂਪੀਅਨ ਵੀ ਰਿਹਾ, ਲਾਸਟ ਈਅਰ ਦਸੰਬਰ 'ਤੇ ਸ਼ੋਅ ਹੋਇਆ ਸੀ, ਚੈਂਪੀਅਨ ਰਿਹਾ। ਠੀਕ ਹੈ ਜੀ। ਤੇ ਆ DNA ਪਾਸਪੋਰਟ ਬਣਿਆ ਹੋਇਆ ਇਹਦਾ ਜੀ। ਠੀਕ ਹੈ ਜੀ। ਇਹ ਹੁਣ ਆਪਾਂ ਘੋੜੀਆਂ ਤੇ ਕ੍ਰੋਸ ਕਰਾਉਣ। ਹਾਂਜੀ, ਇਹਨੂੰ ਹੋ ਗਿਆ 1 ਸਾਲ ਦੇ ਲਗਭਗ, ਹੋ ਗਿਆ ਇਹਨੂੰ ਛੱਡਣ ਲੱਗੇ ਨੂੰ ਆਪਣੋ। ਠੀਕ ਹੈ ਜੀ। ਇਹਦੇ ਜਿਵੇਂ ਪਹਿਲੇ 3-4 ਬੱਚੇ ਆ ਗਏ, ਬਹੁਤ ਸੋਹਣਾ ਰਿਜ਼ਲਟ ਆਇਆ। ਠੀਕ ਹੈ ਜੀ। ਹਾਂਜੀ, 4.5 ਸਾਲ ਦਾ ਹੋਇਆ ਜੀ ਆ। ਠੀਕ ਹੈ ਜੀ। ਕਿੰਨੀਆਂ ਕੁ ਘੋੜੀਆਂ ਰੱਖਦੇ ਆਪਾਂ ਜੀ? ਆਪਣਾ ਜੀ ਜ਼ਿਆਦਾਤਰ ਤਾਂ ਵਪਾਰ ਦਾ ਕੰਮ ਹੁੰਦਾ। ਠੀਕ ਹੈ ਜੀ। ਜਿਵੇਂ ਥੋੜ੍ਹੇ ਜਾਨਵਰ 5-7 ਪੱਕੇ ਰੱਖੇ, ਜਿਹੜੇ ਆਪਾਂ ਨਹੀਂ ਵੇਚਣੇ, ਜਿਵੇਂ 3 ਦਾ ਘੋੜੀ ਆ ਆਪਣੇ ਕੋਲ। ਠੀਕ ਹੈ ਜੀ। ਅਤੇ 4-5 ਘੋੜੀਆਂ ਬਰੀਡਿੰਗ 'ਤੇ ਲਾਈਆਂ, ਬਾਕੀ ਸਾਰਾ ਜਾਨਵਰ ਸੇਲ ਪਰ ਚੇ, ਆਏ ਨਹੀਂ ਪਤਾ ਅੱਜ 4-5 ਆ ਜਾਣ, ਉਹਦਾ ਪੋਤਾ ਤੇ ਜਗਰਾਉਂ ਆ ਸੀਰੇ ਪੰਜਾਬ ਫਾਰਮ 'ਚ ਬਾਈ ਜਸਪ੍ਰੀਤ ਕੋਲ, ਡਾਇਮੰਡ ਘੋੜਾ। ਠੀਕ ਹੈ ਜੀ। ਉਹਦਾ ਡਾਇਰੈਕਟ ਬੱਚਾ, ਸਾਰੇ ਪ੍ਰੂਫ ਆ ਆਪਣੇ ਕੋਲ। ਠੀਕ ਹੈ ਜੀ। ਤੇ ਇਹ 2 ਪੈਰ ਚਿੱਟੇ ਇਹਦੇ। ਠੀਕ ਹੈ ਜੀ। ਬੰਨਿਆ ਹੋਇਆ ਜਾਨਵਰਾਂ ਨੇ ਦੇਖ ਹੀ ਨਹੀਂ ਦਿੰਦਾ, ਜਦੋਂ ਬਾਹਰ ਬੂਹਰ ਕੱਢਦੇ ਉਦੋਂ ਜਾਨਵਰ ਦਾ ਫੇਰ ਤਾਂ ਜ਼ਿਆਦਾ ਉਹ ਕਰਦਾ ਹਨਾ। ਹਾਂਜੀ। ਠੀਕ ਹੈ ਜੀ। ਇਹ ਜਿਹੜਾ ਡਾਇਮੰਡ ਦਾ, ਇਹ ਵੀ ਆਪਣੇ ਕੋਲ ਹੈਗਾ ਜੀ? ਆਪਣੇ ਕੋਲ ਨੁਗਰਾ ਡਾਇਮੰਡ ਆ ਜੀ, ਜਿਹੜਾ ਆ ਉਹ ਮੱਝੂਗਾ ਬਲੱਡ, ਇਹਦਾ ਜਿਹੜਾ ਬਾਪ ਆ ਘੋੜੇ ਦਾ, ਉਹ ਮੱਝੂਗਾ ਬਲੱਡ ਲੈਣ 'ਚੋਂ ਜੀ। ਠੀਕ ਹੈ ਜੀ। ਉਹ ਆਪ ਬਲੈਕ ਆ, ਉਹ ਜਗਰਾਉਂ ਖੜਾ ਸੀਰੇ ਪੰਜਾਬ ਸਟੱਡ ਫਾਰਮ 'ਚ। ਠੀਕ ਹੈ ਜੀ। ਜਿਵੇਂ ਆਹ ਸਾਰੇ ਜਾਨਵਰ ਸੇਲ ਹੀ ਆਪਣੇ ਤਕਰੀਬਨ। ਠੀਕ ਹੈ ਜੀ। ਜਿਹੜੀ ਉਹ ਘੋੜੀ ਆ, ਇਹ ਕਿਹੜੀ ਲੈਣ ਦੀ ਆ ਜੀ? 5 ਕਲੈਣ ਆ ਜੀ, ਚੰਬਿਆਂ 'ਚ ਆ ਜਾਂਦੀ ਆ, ਜਿਵੇਂ ਹੈ ਨੁਕਰੇ ਬਲੱਡ ਦੀ ਆ। ਠੀਕ ਹੈ ਜੀ। ਅਤੇ ਇਹ ਜੇ ਮਾਰਵਾੜੀ ਤੋਂ ਭਰਾਈ ਜਾਵੇ, ਜਿਵੇਂ ਢਿੱਡ ਢੁੱਡ ਚਿੱਟਾ ਨਹੀਂ ਇਹਦਾ, ਮਾਰਵਾੜੀ ਬੱਚਾ ਦੇਣ ਦੇ ਵੀ ਚਾਂਸ ਆ, ਪਰ ਆਪ ਨੁਕਰੇ ਬਲੱਡ 'ਚੋਂ ਆ। ਠੀਕ ਹੈ ਜੀ। ਹਾਂਜੀ। ਇਹ ਵੀ ਜਾਣੀ ਪੂਰੀ ਸਿਰੇ ਦੀ? ਹਾਂ, ਜਿਵੇਂ ਆਹ ਮਾਰਵਾੜੀ ਘੋੜੀ ਆ। ਠੀਕ ਹੈ ਜੀ। ਕੰਨ ਕੁੰਨ ਦੇਖੋ, ਜਮ੍ਹਾਂ 2-2 ਇੰਚ ਦਾ ਹੀ ਆ। ਠੀਕ ਹੈ ਜੀ। ਅੱਧਾ ਅੰਦਰ ਨੂੰ ਮੁੜਿਆ ਪਿਆ, ਪਰ ਆਪਣੇ ਵਾਲੇ 27 ਦਿਨ ਹੋ ਗਏ ਇਹਨੂੰ, ਆਪਣੇ ਵਾਲੇ ਘੋੜੇ ਤੋਂ ਮਿਲੇ ਨੂੰ, ਰਾਤ ਹੀ ਆਈ ਆਪਣੇ ਕੋਲ। ਠੀਕ ਹੈ ਜੀ। ਅਤੇ ਇਹਨੇ 27 ਦਿਨ ਆਪਣੇ ਵਾਲੇ ਘੋੜੇ ਤੋਂ ਮੀਟ ਹੋਈ ਨੂੰ ਹੋਏ ਹੋਏ, ਠੀਕ ਪਈ ਹੈ ਸਾਰੀ। ਜਦੋਂ ਆਪਾਂ ਨੂੰ ਘੋੜੀਆਂ ਆਉਂਦੀਆਂ ਹੋਣਗੀਆਂ ਕ੍ਰੋਸ ਕਰਾਉਣ, ਉਦੋਂ ਕਿੰਨਾ ਸਮਾਂ ਰੱਖਣੀਆਂ ਪੈਂਦੀਆਂ ਨੇ ਆਪਾਂ ਨੂੰ ਵੀਰੇ? ਬਾਈ ਜੀ, ਅੱਜ ਦੇ ਟਾਈਮ 'ਚ ਤਾਂ ਜਿਵੇਂ ਹੁਣ ਡਾਕਟਰੀ ਸੁਵਿਧਾ ਬਹੁਤ ਹੋਈ ਹੋਈ ਆ। ਠੀਕ ਹੈ ਜੀ। ਅਤੇ ਡਾਕਟਰ ਆਪਣੇ ਪੰਜਾਬ 'ਚ ਬਹੁਤ ਵਧੀਆ ਤੋਂ ਵਧੀਆ। ਠੀਕ ਹੈ ਜੀ। ਉਹਨਾਂ ਨੇ ਹੀਟ ਚੈੱਕ ਕਰਾ ਕੇ ਲੋਕ ਲਿਆਉਂਦੇ ਜ਼ਿਆਦਾਤਰ, ਤਾਂ ਆਂਡਾ ਉਹ ਡਾਕਟਰ ਟਾਈਮ ਦੱਸ ਦਿੰਦਾ ਵੀ ਤੁਸੀਂ ਅੱਜ ਸ਼ਾਮ ਨੂੰ 5 ਵਜੇ ਜਾਂ ਕੱਲ੍ਹ ਨੂੰ ਪਰਸੋਂ ਨੂੰ, ਜਿੱਦਣ ਵੀ ਟਾਈਮ ਹੁੰਦਾ ਸਹੀ ਆਂਡਾ ਟੁੱਟਣ ਦਾ। ਠੀਕ ਹੈ ਜੀ। ਅਤੇ ਉੱਦਣ ਫਿਰ ਉਹ ਲਿਆਉਂਦੀ ਟਾਈਮ 'ਤੇ, ਅਤੇ ਨਾਲ ਦੀ ਨਾਲ ਹੀ ਲੈ ਜਾਂਦੇ ਆ। ਠੀਕ। ਪਰ ਫਿਰ ਵੀ ਕਈ ਵਾਰ ਜਿਹਦੇ ਕੋਲ ਨਹੀਂ ਡਾਕਟਰ ਦੀ ਸੁਵਿਧਾ ਹੁੰਦੀ ਆਪਣੇ ਫਾਰਮ 'ਤੇ, ਡਾਕਟਰ ਜਿੰਨੇ ਦਿਨ ਹੀਟ ਰੱਖੀ, 2 ਦਿਨ 4 ਦਿਨ 5 ਦਿਨ ਆਪਾਂ ਫਾਰਮ 'ਤੇ ਰੱਖ ਲੈਂਦੇ ਹਾਂ। ਠੀਕ ਹੈ ਜੀ। ਅਗਲੇ ਦੀ ਤਸੱਲੀ ਨੇ ਦੂਰੋਂ ਆਏ, ਕਿਸੇ ਵੀਰ ਨੇ ਨਾਰਾਜ਼ ਨਹੀਂ ਕਰੀਦਾ, ਤਸੱਲੀ ਨਾਲ ਭਰਾ ਕੇ ਫਿਰ ਭੇਜੀ ਦੇ। ਠੀਕ ਹੈ ਜੀ। ਕਿਉਂ ਸਾਰੇ ਵੀਰਾਂ ਨੇ ਫੀਸ ਭਰਨੀ ਹੁੰਦੀ, ਅਗਲੇ ਦਾ ਕੋਈ ਨਿਰਾਸ਼ ਨਾ ਹੋਵੇ। ਠੀਕ ਹੈ ਬਈ। ਤੇ ਜਿਹੜੀਆਂ ਆਪਾਂ ਘਰੇ ਰੱਖਦੇ ਆ ਘੋੜੀਆਂ, ਉਹ ਫਿਰ ਉਹ ਆਪਣੇ ਅੰਦਰਲੇ ਘਰੇ ਆ? ਉਹ ਅੰਦਰਲੇ ਘਰੇ ਜਿੱਧਰ ਰਹਿਆ ਸਰ। ਜਿਹੜਾ ਉਹ ਘੋੜਾ ਖੜਾ ਜੀ, ਉਹ ਪੱਕਾ ਹੀ ਰੱਖਿਆ, ਨੁਗਰਾ ਘੋੜਾ ਜੀ, 20 ਸਾਲ ਤੋਂ ਪਲੱਸ ਉਹਦੀ ਉਮਰ ਹੋਊਗੀ। ਠੀਕ ਹੈ ਜੀ। ਉਹਦਾ ਨਾਂ ਡਾਇਮੰਡ ਆ, ਜਿਹੜੇ ਘੋੜਿਆਂ ਦੀ ਫੀਲਡ 'ਚ ਆ ਉਹਨਾਂ ਨੂੰ ਤਾਂ ਨਾਂ ਦੱਸਣ ਦੀ ਲੋੜ ਹੀ। ਠੀਕ ਹੈ ਜੀ। ਲੋੜੀ ਆ ਬਸ, ਆਪੇ ਇਹਦਾ ਰਿਜ਼ਲਟ ਬਹੁਤ ਜ਼ਿਆਦਾ, 100+ ਘੋੜੀ ਸਾਲ 'ਚ ਸੁਣਦੀ ਹੈ ਤਾਂ। ਠੀਕ ਹੈ ਜੀ। ਅੱਜ ਦੇ ਟਾਈਮ 20+ ਉਮਰ 'ਚ ਵੀ ਬਹੁਤ ਡੇਲੀ 1-2 ਘੋੜੀਆਂ ਮੀਟ ਹੋਣ ਵਾਸਤੇ ਆਉਂਦੀਆਂ ਆ ਤਾਂ। ਠੀਕ ਹੈ ਜੀ। ਇਹ ਹਾਈਟ ਕਿੰਨੀ ਕੁ ਕਰ ਜਾਂਦੀਆਂ ਨੇ ਜੀ ਵੱਧ ਤੋਂ ਵੱਧ ਘੋੜਾ? ਹਾਈਟ ਜੀ ਤਕਰੀਬਨ ਮੰਨ ਲਓ ਵੀ ਹੁਣ ਆਪਣਾ ਉਹ ਘੋੜਾ ਜਿਹੜਾ ਦੇਵਰਾਜ ਵਾਲਾ, ਜੈਰਾਜ ਆ ਚੈਂਪੀਅਨ, ਉਹਦੀ 67 ਇੰਚ ਹੈ ਜੀ। 67 ਇੰਚ ਜੀ। ਬਾਕੀ ਅੱਡ ਅੱਡ ਸਾਰੀਆਂ ਨਸਲਾਂ ਜਿਵੇਂ ਖਾਨਦਾਨ ਦੇ ਸਿਰ 'ਤੇ 60 ਇੰਚ ਤੋਂ ਲੈ ਕੇ ਹਾਈਟ ਮੰਨੀ ਜਾਂਦੀ, 58 ਇੰਚ ਵਾਲੀ ਵੀ, 69 ਵਾਲੀ ਵੀ ਹੁੰਦੀ। ਮੰਨ ਲਓ ਵੀ ਨੋਰਮਲ ਜਿਹੜੇ ਅੱਜ ਦੇ ਟਾਈਮ ਚੱਲਦੇ 60-61 ਇੰਚ ਚੱਲੀ ਜਾਂਦੀ ਹੈ ਘੋੜੀਆਂ 'ਚ ਹਾਈਟ। ਠੀਕ ਹੈ ਜੀ। ਬਿਰਲਾ ਜਾਨਵਰ 63-64 ਇੰਚ, 67-68 'ਤੇ ਤਾਂ ਬਿਰਲਾ ਜਾਨਵਰ ਹੀ ਜਾਂਦਾ ਜੀ। ਠੀਕ ਹੈ। ਜਿਵੇਂ ਆਪਣੇ ਕੋਲ ਆਹ ਘੋੜੀ ਖੜੀ ਆ ਜੀ, ਆ ਬਸ਼ੇਰੀ? ਹਾਂਜੀ, ਬਸ਼ੇਰੀ ਜੀ। ਜੇ ਸੇਲ ਕਰਨੀ ਹੋਵੇ ਤਾਂ ਕੀ ਪ੍ਰਾਈਸ ਹੋਊਗਾ ਜੀ ਇਹਦਾ? ਇਹਦਾ ਆਪਾਂ 1,10,000 ਰੁਪਏ ਮੁੱਲ ਕਰਦੇ ਹਾਂ। ਠੀਕ ਹੈ ਜੀ। ਮਾਰਵਾੜੀ 'ਚ ਆ ਜਾਂਦੀ, 5 ਕਲੈਣ, 4 ਪੈਰ ਚਿੱਟੇ, ਇਹਦੇ ਮੱਥੇ ਫੁੱਲ ਆ ਜੀ। ਠੀਕ ਹੈ ਜੀ। 2.5 ਸਾਲ ਦੀ ਹੋਈ, 2 ਦੰਦ ਹੋਈ ਆ ਜੀ। ਠੀਕ ਹੈ ਜੀ। ਉਹ ਵੀ ਘੋੜੀ ਖੜੀ ਆ ਜੀ? ਨਹੀਂ, ਉਹ ਬਸ਼ੇਰੀ ਆ, 3 ਜੀ। 3 ਜੀ। ਹਾਂਜੀ ਹਾਂਜੀ। ਠੀਕ, ਉਹ ਵੀ ਸੇਲ ਹੀ ਨੇ ਜੀ? ਨਹੀਂ, ਉਹ ਜਿਹੜਾ ਵੱਡਾ ਬਸ਼ੇਰਾ ਜੀ, ਉਹ ਤਾਂ ਹਜੇ ਆਪਣਾ ਸੰਭਾਲਣ ਦਾ ਇਰਾਦਾ, ਉਹ ਵਿਜੇ ਰਾਜ ਘੋੜੇ ਦਾ ਆਪਣਾ
ਦਲਵਾਗ ਦਾ ਪੋਤਾ ਰਣੀ ਵਾਲੇ ਤੇ ਵੀਰੇ ਦਾ ਉਹ ਹਜੇ 14 ਮਹੀਨੇ ਦਾ ਹੋਇਆ 62 ਇੰਚ ਸਕੇਲ ਵਾਲੀ ਹਾਈਟ ਹੋਈ ਉਹਦੀ ਠੀਕ ਹੈ ਜੀ ਤੇ ਉਮੀਦ ਆ ਵੀ ਪਰਮਾਤਮਾ ਲੰਮੀ ਉਮਰ ਬਖਸ਼ੇ ਉਹਨੂੰ 70-70 ਨੂੰ ਮੂੰਹ ਮਾਰੂ 70+ ਕਰ ਜੂਗਾ ਜੀ ਜਿਹੜੇ ਵੱਡੇ ਭਰਾ ਉਹਦੀ ਮਾਂ ਸ਼ਾਨਦਾਰ ਦੇ ਡਾਇਰੈਕਟ ਆਪ ਸਾਰੇ ਪ੍ਰੂਫ ਪਰਚੀ ਤਾਈ ਡੀਐਨਏ ਤਾਈ ਵੀ ਆਪਣੇ ਕੋਲ ਪ੍ਰੂਫ ਪਏ ਆ ਉਹਦੇ ਠੀਕ ਹੈ ਜੀ ਤੇ ਪਹਿਲੀ ਇਹਦੀ ਮਾਂ ਨੇ ਪਹਿਲਾ ਬੱਚਾ ਦਿੱਤਾ ਦੇਵਰਾਜ ਤੋਂ ਰਣੀ ਵਾਲੇ ਤੋਂ ਹਮਜਾ ਘੋੜਾ 70 ਇੰਚ ਦਾ ਹੋਇਆ ਖੜਾ ਠੀਕ ਹੈ ਜੀ ਦੂਜੀ ਵਾਰ ਦਾ ਜਿਹੜਾ ਇਹਦਾ ਵੱਡਾ ਭਰਾ ਹੈ ਤੋਂ ਉਹ 67 ਇੰਚ ਦਾ ਹੋਇਆ ਖੜਾ ਠੀਕ ਹੈ ਜੀ ਤੀਜੀ ਵਾਰ ਦਾ ਹਜੇ 14 ਮਹੀਨੇ ਨੈੱਟ 14 ਮਹੀਨੇ ਹੋਈ ਆ 62 ਇੰਚ ਹੋਇਆ ਖੜਾ ਇਹ ਕਿੰਨਾ ਸਮਾਂ ਹੋਰ ਵਧੀ ਜਾਊਗਾ ਇਹਨੇ 5 ਸਾਲ ਤਾਂ ਹੀ ਵਧਣਾ ਹਜੇ 5 ਸਾਲ ਹਜੇ 1.5 ਸਾਲ ਦਾ ਵੀ ਨਹੀਂ ਹੋਇਆ ਆਪਾਂ ਮੰਨੀਏ ਤਾਂ ਠੀਕ ਹੈ ਜੀ ਜਿਹੜਾ 1.5 ਸਾਲ ਤੇ 62 ਇੰਚ ਜਾ ਸਕਦਾ ਤੇ 4 ਸਾਲ ਹਜੇ ਬਦਲ ਦੇ ਮੰਨੀਏ ਆਪਾਂ ਪਏ ਫਿਰ ਬਹੁਤ ਪਈਆ ਸਮਾਂ ਹਨਾ ਇਹਦੀ ਮਾਂ ਨੇ 4 ਸੂਏ ਦਿੱਤੇ 4 ਹੀ ਵਛੇਰੇ ਦਿੱਤੇ ਵੀ ਪੂਰੇ ਥੰਮ ਹੀ ਆ ਠੀਕ ਹੈ ਜੀ ਤੇ ਇਹਨਾਂ ਦੀ ਫਿਰ ਆਪਾਂ ਜਿਹੜਾ ਆਪਣਾ ਘੋੜਾ ਰੱਖਿਆ ਗਾ ਉਹਦੀ ਫਿਰ ਕੀ ਫੀਸ ਲੈਂਦੇ ਆਪਾਂ ਘੋੜੀ ਕ੍ਰੋਸ ਕਰ ਉਹਦੀ 31,000 ਫੀਸ ਰੱਖੀ ਆਪਾਂ ਜੈਨੂਨ ਨਹੀਂ ਰੱਖੀ ਆ ਫੀਸ ਅੱਜ ਦੇ ਟਾਈਮ ਫੀਸਾਂ ਬਹੁਤ ਜ਼ਿਆਦਾ ਹੋਈਆਂ ਜੀ ਠੀਕ ਹੈ ਜੀ ਘੋੜਿਆਂ ਦੇ ਸਿਰ ਤੇ ਕੁਆਲਿਟੀ ਜਿਵੇਂ ਰਿਜ਼ਲਟ ਹੁੰਦਾ ਫੀਸਾਂ ਵੱਧ ਗਈਆਂ ਜੀ ਠੀਕ ਹੈ ਜੀ ਮੰਨ ਲਈਏ ਆਪਾਂ ਇੱਕ ਘੋੜਾ ਸੁੰਦਾ ਬੱਚੇ ਬਹੁਤ ਵਧੀਆ ਉਹਦੀ ਫੀਸ ਤਾਂ ਮੱਲੋ ਮੱਲੀ ਵਧਣੀ ਹੈ ਜੀ ਠੀਕ ਹੈ ਜੀ ਜਿਵੇਂ ਹੁਣ ਬ੍ਰਦਰ ਤੁਹਾਡੇ ਕੋਲੇ ਇੰਨੀਆਂ ਘੋੜੀਆਂ ਨੇਗੀਆਂ ਹੁਣ ਤੁਸੀਂ ਤਾਂ ਆਪ ਡਾਕਟਰੀ ਆਪ ਹੀ ਕਰ ਲੈਨੇ ਹੋ ਹਾਂਜੀ ਮੈਂ ਇਹਦਾ ਵੈਟਰਨਰੀ ਤਾਂ ਕੀਤਾ ਹੋਇਆ ਜੀ ਠੀਕ ਹੈ ਜੀ ਲੁਧਿਆਣਾ ਯੂਨੀਵਰਸਿਟੀ ਤੋਂ ਮੇਰੀ ਡਿਗਰੀ ਕੀਤੀ ਹੈ ਠੀਕ ਹੈ ਜੀ ਵੀ ਜੇ ਕੋਈ ਇਹਨਾਂ ਨੂੰ ਆਉਂਦੀ ਆ ਕੋਈ ਤਕਰੀਬਨ ਸਾਰਾ ਆਪਾਂ ਆਪ ਹੀ ਟ੍ਰੀਟਮੈਂਟ ਆਪ ਹੀ ਕਰੀਦਾ ਪਰ ਜੇ ਫਿਰ ਵੀ ਆਪਣੀ ਸਮਝ ਬਾਹਰ ਹੋਵੇ ਠੀਕ ਹੈ ਜੀ ਤਾਂ ਆਪਣੇ ਡਾਕਟਰ ਕਰਮਜੀਤ ਆਉਂਦੇ ਬਰਨਾਲੇ ਤੋਂ ਜੀ ਠੀਕ ਹੈ ਜੀ ਵੈਟਰਨਰੀ ਆਫੀਸਰ ਆ ਠੀਕ ਹੈ ਜੀ ਉਹ ਹੁੰਦੇ ਜੀ ਠੀਕ ਉਹਨਾਂ ਦੀ ਰਾਏ ਨਾਲ ਵੀ ਆਪਾਂ ਕੋਈ ਟੀਕਾ ਟੱਲਾ ਲਾਉਣਾ ਜਾਂ ਕੋਈ ਪਰਮਾਤਮਾ ਨਾ ਕਰੇ 19-21 ਹੁੰਦੀ ਆ ਹਨਾ ਤਾਂ ਉਹਨਾਂ ਦੀ ਰਾਏ ਨਾਲ ਆਪਾਂ ਟ੍ਰੀਟਮੈਂਟ ਕਰ ਲਈ ਠੀਕ ਵੀ ਜਿਹੜੀ ਆਹ ਘੋੜੀ ਖੜੀ ਹੈ ਆਪਣੀ ਕਾਲੇ ਰੰਗ ਦੀ ਹਾਂਜੀ 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 ਇਹ ਵੀ ਆਪਣੀ ਸੇਲ ਆ ਜਿਹੜੀ ਆ 2 ਨੰਬਰ ਤੇ ਖੜੀ ਹਾਂਜੀ ਹਾਂਜੀ ਸਾਰੇ ਜਾਨਵੀ ਸੇਲ ਆ ਜੀ ਠੀਕ ਇਹਦੇ ਕਿੰਨੀ ਹਾਈਟ ਆ ਜੀ ਇਹਦੀ 61 ਇੰਚ ਹਾਈਟ ਆ ਜੀ 61 ਇੰਚ ਜੀ ਇਹਦੀ ਆਪਾਂ ਕੀ ਡਿਮਾਂਡ ਕਰਦੇ ਆ ਜੀ ਇਹਦਾ 1.5 ਲੱਖ ਰੁਪਏ ਕਰਦੇ ਆ ਠੀਕ ਹੈ ਜੀ ਹਜੇ ਗੱਭਣ ਖਾਲੀ ਆ ਜੀ ਠੀਕ ਹੈ ਜੀ ਵੀ ਜਿਹੜੀਆਂ ਆਪਾਂ ਗੱਭਣ ਹੁੰਦੀਆਂ ਨੇ ਘੋੜੀਆਂ ਉਹਦੀ ਫਿਰ ਆਪਾਂ ਕਹਿ ਕੇ ਗਰੰਟੀ ਦੇ ਕੇ ਦਿੰਦੇ ਜਿਵੇਂ ਜਿਹੜਾ ਜਾਨਵਰ ਕਨਫਰਮ ਹੋ ਜੇ ਜਿਵੇਂ ਹੁਣ ਆਹ ਘੋੜੀ ਹਜੇ ਮੇਟ ਹੋਈ ਹੈ 27 ਦਿਨਾਂ ਦੀ ਇਹਦੀ ਆਪਾਂ ਕੋਈ ਗਰੰਟੀ ਨਹੀਂ ਖਾਲੀ ਵੀ ਰਹਿ ਸਕਦੀ ਆ ਗੱਭਣ ਵੀ ਹੋ ਸਕਦੀ ਮੇਟ ਹੋਈ ਪਰ ਜੇ ਖਾਲੀ ਰਹਿੰਦੀ ਆ ਹਾਂਜੀ ਅੱਜ ਪੱਜ ਦੇ ਟਾਈਮ ਵੇਚਦੇ ਆ ਕੱਲ ਨੂੰ ਖਾਲੀ ਰਹਿੰਦੀ ਆ ਤਾਂ ਆਪਾਂ ਫ੍ਰੀ ਭਰਾ ਕੇ ਦਵਾਂਗੇ ਆਪਣੇ ਘੋੜੇ ਤੋਂ ਮਿਲੀ ਆ ਤਾਂ ਠੀਕ ਹੈ ਜੀ ਜੇ ਕੋਈ ਹੋਰ ਤੋਂ ਮਿਲੀ ਉਹਦੀ ਨਹੀਂ ਕਹੋ ਕਈ ਵਾਰ ਆਪਣੇ ਗਾਂ ਮਿਲੀ ਆ ਜਾਂਦੀ ਆ ਮੰਨ ਲਓ ਵੀ ਆਹ ਘੋੜੀ ਹੋਰ ਤੋਂ ਮਿਲੀ ਆ ਜਾਂਦੀ ਠੀਕ ਹੈ ਫਿਰ ਆਪਾਂ ਖਾਲੀ ਮੰਨ ਕੇ ਦੇਣੀ ਖਾਲੀ ਮੰਨ ਕੇ ਹੁਣ ਆਪਣੇ ਆਪਦੇ ਹੱਥੀ ਮਿਲੀ ਆ ਤਾਂ ਆਪਾਂ ਅਗਲੇ ਨੂੰ ਐਂ ਕਹਿ ਸਕਦੇ ਵੀ ਜੇ ਨਾ ਰਹੀ ਆਪਾਂ ਫ੍ਰੀ ਭਰਾ ਦਾਂਗੇ ਠੀਕ ਤੇ ਜਿਹੜੀ ਕਨਫਰਮ ਹੋ ਗਈ ਇੱਕ ਵਾਰ ਆਪਾਂ ਆਪਦੀ ਤਸੱਲੀ ਮਹੀਨੇ ਬਾਅਦ 35-40 ਦਿਨਾਂ ਤੇ ਕਰਾ ਦੇਣੀ ਡਾਕਟਰ ਤੋਂ 35-40 ਦਿਨਾਂ 'ਚ ਤੇ ਉਦੋਂ ਬਾਅਦ ਜਦੋਂ ਵੇਚਣੇ ਅਗਲੇ ਨੂੰ ਕਹਿ ਦੇਈਏ ਬਾਈ ਆਪਦਾ ਡਾਕਟਰ ਜਿਹੜਾ ਮਰਜ਼ੀ ਡਾਕਟਰ ਲੈ ਕੇ ਇੱਕ ਵਾਰ ਤਸੱਲੀ ਕਰਾ ਲਓ ਠੀਕ ਹੈ ਜੀ ਤੇ ਉਦੋਂ ਆਪਾਂ ਮੌਕੇ ਤੇ ਅੱਜ ਆਪਾਂ ਉਹਨਾਂ ਨੂੰ ਜਦੋਂ ਸੌਦਾ ਹੋਊ ਉਦੋਂ ਆਪਾਂ ਗੱਭਣ ਕਰਕੇ ਦਵਾਂਗੇ ਠੀਕ ਹੈ ਜੀ ਜੇ ਆਪਣਾ ਗੱਭਣ ਹੁੰਦੀ ਕਿਉਂ ਕੱਲ੍ਹ 19 ਸਾਲ ਵਾਲੀ ਚੀਜ਼ 19-21 ਹੋ ਜੇ ਇਹਦੇ ਤਾਂ ਤਕਰੀਬਨ ਹੁੰਦਾ ਨਹੀਂ ਜਾਂ ਕਈ ਵਾਰ 19-21 ਹੋ ਵੀ ਜਾਵੇ ਤਾਂ ਠੀਕ ਹੈ ਜੀ ਠੀਕ ਹੈ ਬ੍ਰਦਰ ਜਾਣਕਾਰੀ ਦੇਣ ਦਾ ਧੰਨਵਾਦ ਤੁਸੀਂ ਸਾਡੇ ਕੋਲ ਟਾਈਮ ਕੱਢਿਆ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਵੀਰ ਜੀ ਧੰਨਵਾਦ